ਟੋਪੀ ਜਿਹੜਾ ਬੰਦੂਕਾਂ ਹੁੰਦੀਆਂ ਹੈ ਉੱਦਾਂ ਹੀ ਛੱਲੇ ਪਾ ਕੇ ਚਲਾਉਂਦੇ ਦੂੰ ਕਰਕੇ ਉਹ ਡਰਦੇ ਭੱਜ ਜਾਂਦੇ ਹੁੰਦੇ ਸੀ। ਅੱਛਾ, ਪਹਿਲਾਂ ਇੱਥੇ ਲੁੱਟ ਖੋ ਕਰਨ ਆਉਂਦੇ ਸੀ? ਬਹੁਤ ਜ਼ਿਆਦਾ। ਇਹ ਜੰਗਲੀ ਹੋਊਗਾ ਸਾਰਾ ਇਹ? ਸਭ ਪੂਰਾ ਜੰਗਲੀ ਇਹਦੇ। ਅੱਛਾ, ਵੱਡਿਆਂ ਨੇ ਸਭ ਕੀਤਾ ਵਾ ਇਹਦੇ ਜੰਗਲੀ ਪੂਰਾ ਕੁਛ ਨਹੀਂ ਹੈਗਾ ਇਹਦੇ। ਤੁਹਾਡੇ ਬਜ਼ੁਰਗਾਂ ਦੀ ਫਿਰ ਵੱਡੀ ਸੇਵਾ ਰਹੀ। ਵੱਡੀ ਆ। ਇਹ ਗੱਲ ਦੱਸੋ, ਜੇ ਵੱਡਾ ਮੂੰਹ ਤਾਂ ਸੁਣ ਇਸ ਚੰਬਲ ਵਾਲਿਆਂ ਦਾ, ਹਾਂਜੀ, ਤੇ ਉਹਨਾਂ ਨਾਲ ਕਿਵੇਂ ਰਿਹਾ? ਉਹਨਾਂ ਦਾ ਦਾਦਾ ਹੀ ਦੱਸਦਾ ਕਿ ਆਪਣੇ ਸਿੱਖ ਸਮਾਜ ਨੂੰ ਕਦੀ ਉਹਨਾਂ ਨੇ ਨੁਕਸਾਨ ਨਹੀਂ ਪਹੁੰਚਾਇਆ। ਇੱਕ ਮੋਹਰ ਸਿੰਘ ਦਾ ਜ਼ਿਕਰ ਕਰਦੇ ਸੀ? ਹਾਂਜੀ ਹਾਂਜੀ, ਮੋਹਰ ਸਿੰਘ ਤਾਂ ਅਜੇ ਪਿੱਛੇ 2017 ਚ ਆਪਣੇ ਇੱਥੇ ਘਰੇ ਵੀ ਆਇਆ ਸੀ। ਅੱਛਾ, ਬਹੁਤ ਨਾਮੀ ਵੀ ਸੀਗਾ ਬੰਦਾ, ਉਹ ਕਹਿੰਦੇ ਵੱਡਾ ਨਾਮ ਸੀ, ਸਭ ਤੋਂ ਮਹਿੰਗਾ ਪਿੰਡ ਤੋਂ ਪਹਿਲਾਂ ਮਹਿੰਗਾ ਪੈਂਦਾ ਉੱਥੋਂ ਦੇ ਸੀ। ਅੱਛਾ ਹਾਂਜੀ, ਹੁਣ ਤੇ ਉਹਨਾਂ ਨੇ ਜਦੋਂ ਸਭ ਛੱਡਤਾ ਸੀ, ਜਦੋਂ ਆਪਣਾ ਸਰਕਾਰਾਂ ਸਾਹਮਣੇ ਸਮਰਪਣ ਕਰਤਾ ਸੀ, ਸਰੈਂਡਰ ਕਰਤਾ ਸੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਸ ਵਕਤ ਮੈਂ ਮੱਧ ਪ੍ਰਦੇਸ਼ ਦੇ ਵਿੱਚ ਹਾਂ, ਗਵਾਲੀਅਰ ਵਾਲੇ ਪਾਸੇ ਰਾਇਤਪੁਰਾ ਪਿੰਡ ਦੇ ਵਿੱਚ, ਜਿਹੜਾ ਕਿ ਕਹਿ ਲਓ ਕਿ ਪੰਜਾਬੀਆਂ ਨੇ ਵਸਾਇਆ ਪਿੰਡ ਸੀ। ਅੱਜ ਤੋਂ 100 ਸਾਲ ਪਹਿਲਾਂ ਪੰਜਾਬੀ ਇੱਥੇ ਪਹੁੰਚੇ ਸੀ ਅਤੇ ਨਾਲ ਇੱਧਰੋਂ ਚੰਬਲ ਦਾ ਏਰੀਆ ਸ਼ੁਰੂ ਹੋ ਜਾਂਦਾ। ਅਤੇ ਚੰਬਲ ਦਾ ਨਾਂ ਜਦੋਂ ਸੁਣਦੇ ਹਾਂ ਤਾਂ ਆਪਣੇ ਦਿਮਾਗ ਦੇ ਵਿੱਚ ਉਸ ਸਮੇਂ ਦੇ ਡਾਕੂ ਅਤੇ ਬਾਗੀ, ਇਹ ਆਮ ਤੌਰ 'ਤੇ ਸਾਹਮਣੇ ਸਾਹਮਣੇ ਆ ਜਾਂਦੇ ਆ ਵੀ ਪਾਨ ਸਿੰਘ ਤੋਮਰ ਹੋਣੀ, ਨਿਰਭੈ ਸਿੰਘ ਗੁੱਜਰ, ਫੁੱਲਨ ਦੇਵੀ, ਇਹ ਅਕਸਰ ਨਾਂ ਆ ਜਾਂਦੇ ਆ। ਪਰ ਅੱਜ ਤੋਂ 100 ਸਾਲ ਪਹਿਲਾਂ ਅੰਦਾਜ਼ਾ ਲਾਓ ਕਿ ਸੰਘਣੇ ਜੰਗਲ ਸੀ ਅਤੇ ਉਸ ਜੰਗਲਾਂ ਦੇ ਵਿੱਚ ਆਪਣੇ ਪੰਜਾਬੀਆਂ ਨੇ ਆ ਕੇ ਇਸ ਜ਼ਮੀਨ ਨੂੰ ਆਬਾਦ ਕੀਤਾ ਸੀ। ਗਵਾਲੀਅਰ ਤੋਂ ਤਕਰੀਬਨ ਆਪਾਂ 35-40 ਕਿਲੋਮੀਟਰ ਦੀ ਦੂਰੀ 'ਤੇ ਹੋਵਾਂਗੇ, 30 ਕਿਲੋਮੀਟਰ ਦੀ ਦੂਰੀ 'ਤੇ ਹਾਂ। ਸਰਦਾਰ ਦਰਸ਼ਨ ਸਿੰਘ ਜੀ ਆਪਣੇ ਨਾਲ ਨੇ, ਬਾਬਾ ਜੀ ਨਾਲ ਬੈਠੇ ਆ, ਭਾਈ ਗੋਪੀ ਸਰਪੰਚ ਇਸ ਵਕਤ ਮੌਜੂਦਾ ਸਰਪੰਚ ਨੇ ਅਤੇ ਨਾਲ ਵੀਰਾ ਹਨੀ। ਵੀਰੇ ਬਾਬਾ ਜੀ ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਜੀ। ਗੱਲ ਹੈਗੀ ਇਹ, ਅੱਜ ਤੋਂ 100 ਸਾਲ ਪਹਿਲਾਂ ਤੁਸੀਂ ਆਏ ਅਤੇ ਉੱਧਰ ਆਪਣਾ ਪੰਜਾਬ 'ਚ ਕਿਹੜਾ ਪਿੰਡ ਸੀ ਫਿਰ? ਉੱਧਰ ਕੱਲਾ ਕੰਕਲਾ ਕਿਹੜੇ ਜ਼ਿਲ੍ਹੇ 'ਚ ਪੈ ਗਿਆ ਸੀ ਇਹ? ਤਰਨ ਤਾਰਨ ਦੇ ਲਾਗੇ ਆ। ਤਰਨ ਤਾਰਨ ਦੇ ਲਾਗੇ? ਅਤੇ ਜਦੋਂ ਫਿਰ ਤੁਹਾਡੇ ਤੁਸੀਂ ਤੁਹਾਡਾ ਦਾ ਜਨਮ ਇੱਥੋਂ ਦਾ ਕਿ ਉੱਧਰ ਦਾ? ਮੇਰਾ ਜਨਮ ਇੱਥੋਂ ਦਾ ਹੀ ਆ। ਦਾਦੇ ਦਾ ਜਨਮ ਇੱਥੋਂ ਦਾ ਹੈ? ਅੱਛਾ, ਦਾਦੇ ਦਾ ਵੀ ਜਨਮ ਇੱਥੋਂ ਦਾ ਹੈ? ਹਾਂ। ਅਤੇ ਫਿਰ ਉਦੋਂ ਕਿਵੇਂ ਸੀ ਮਾਹੌਲ ਫਿਰ ਇੱਥੇ? ਇੱਥੇ ਪਰੇਸ਼ਾਨ ਕਰਦੇ ਹੁੰਦੇ ਸੀ ਲੁੱਟਣ ਵਾਸਤੇ ਬਈਆ। ਅੱਛਾ, ਪਹਿਲੀਆਂ 'ਚ? ਪਹਿਲੀਆਂ 'ਚ ਇਹਨਾਂ ਲੁੱਟ ਲਓ, ਖੋਲੋ ਸਭ ਕੁਝ ਇਹਨਾਂ ਕੋਲ, ਸੋਥੋਂ ਇੱਥੇ ਆਣ ਕੇ ਇਹਨਾਂ ਖੋਲੀਏ, ਆਪੇ ਨਿਕਲ ਜਾਣਗੇ ਇੱਥੋਂ। ਪੁੱਡੇ ਤੋਂ ਕੱਢ ਰਹੇ ਹੁੰਦੇ ਟੋਪੀ ਜਿਹੜਾ ਬੰਦੂਕਾਂ ਹੁੰਦੀਆਂ ਹੈ ਉੱਦਾਂ ਹੀ ਛੱਲੇ ਪਾ ਕੇ ਚਲਾਉਂਦੇ ਦੂੰ ਕਰਕੇ ਉਹ ਡਰਦੇ ਭੱਜ ਜਾਂਦੇ ਹੁੰਦੇ ਸੀ। ਅੱਛਾ, ਪਹਿਲਾਂ ਇੱਥੇ ਲੁੱਟ ਖੋ ਕਰਨ ਆਉਂਦੇ ਸੀ? ਬਹੁਤ ਜ਼ਿਆਦਾ। ਇਹ ਜੰਗਲੀ ਹੋਊਗਾ ਸਾਰਾ ਇਹ? ਸਭ ਪੂਰਾ ਜੰਗਲੀ ਇਹਦੇ। ਅੱਛਾ, ਵੱਡਿਆਂ ਨੇ ਸਭ ਕੀਤਾ ਵਾ ਇਹਦੇ ਜੰਗਲੀ, ਪੂਰਾ ਕੁਛ ਨਹੀਂ ਹੈਗਾ ਇਹਦੇ। ਤੁਹਾਡੇ ਬਜ਼ੁਰਗਾਂ ਦੀ ਫਿਰ ਵੱਡੀ ਸੇਵਾ ਰਹੀ। ਠੀਕ ਆ। ਇਹ ਕੀ ਆਪਣੇ ਸਿੰਧੀਆ ਜੀ ਲੈ ਕੇ ਆਏ ਗਵਾਲੀਅਰ ਵਾਲੇ? ਗਵਾਲੀਅਰ ਵਾਲੇ ਉਹ ਲੈ ਕੇ ਆਏ, ਹੁਣ ਸਭ ਸਿੰਧੀਆ ਨੇ, ਜਿੰਨਾ ਪੰਜਾਬੀ ਸਭ ਸਿੰਧੀਆ ਨੇ ਵਸਾਇਆ ਇਹਦੇ। ਅਸਲ ਦੇ ਵਿੱਚ ਕਹਿੰਦੇ ਵੀ ਉਦੋਂ ਇਹ ਖੇਤੀ ਸਿਖਾਉਣ ਆਏ ਸੀ ਨਾ ਲੋਕਾਂ ਨੂੰ, ਖੇਤੀ ਖੁਤੀ ਨਹੀਂ ਸੀ ਇਹਨਾਂ ਨੂੰ, ਕੁਛ ਨਹੀਂ ਆਉਂਦੀ। ਹਾਂ, ਇਹਨਾਂ ਨੂੰ ਟਰੈਕਟਰ ਚਲਾਉਣ ਨਹੀਂ ਆਉਂਦਾ, ਕਦੋਂ ਖਾਂਚੇ ਵਿੱਚ ਕਿੱਦਾਂ ਚੱਲਦੇ ਆ, ਕਿੱਦਾਂ ਕੈਚੀ ਲਵਾਉਂਦੇ ਆ, ਕਿੱਦਾਂ ਟਰੈਕਟਰ ਨੂੰ ਅੱਜ ਹੁਣ ਨਹੀਂ ਚਲਾਉਣਾ ਆਉਂਦਾ ਇਹ? ਨਹੀਂ ਨਹੀਂ ਚਲਾਉਂਦਾ, ਇਹ ਵੀ ਚਲਾਉਣ ਨਹੀਂ ਆਉਂਦਾ। ਝੋਨਾ ਲਾਉਣਾ ਤੁਸੀਂ ਸਿਖਾਇਆ ਉਦੋਂ, ਪਰ ਉਦੋਂ ਫਸਲਾਂ ਕੀ ਬੀਜਦੇ ਸੀ? ਉਦੋਂ ਆ ਮਾੜਾ ਮੋਟਾ ਬੀਜਦੇ, ਮਟਰੀ ਮਟਰੀ ਜੀ ਕੁੜੀ, ਮਟਰੀ ਮਟਰੀ ਜੀ ਬੀਜ ਦਿੰਦੇ ਮਟਰ। ਮਟਰ ਨੀ, ਬਟਰੀ ਜੀ ਨੀ ਹੁੰਦੀ ਉਹ, ਬਟਰਾ ਹੁੰਦਾ ਹੋਆ ਉਹ ਬੀਜ ਦਿੰਦੇ। ਪਤਾ ਨਹੀਂ ਕੁਛ ਨੀ ਹੁੰਦਾ, ਇਹਨੇ ਆਪਣੇ ਪੰਜਾਬੀਆਂ ਨੇ ਬਾਤ ਕੀਤੀ ਪਹਿਲੀ, ਇਹ ਤਾਂ ਕੁਛ ਨੀ ਜਾਣਦੇ ਹੁੰਦੇ। ਪਸਿਆ ਵੱਡੀ ਸੀ ਫਿਰ ਹਨਾ? ਤੇ ਇੱਧਰ ਆਪਾਂ ਗੋਪੀ ਸਰਪੰਚ ਵੀਰ ਨਾਲ ਵੀ ਗੱਲ ਕਰਦੇ ਹਾਂ। ਤੇ ਬਾਈ ਗੋਪੀ ਵੀਰੇ, ਗੱਲ ਹੈਗੀ ਇਹ, ਉਸ ਸਮੇਂ ਤੇ ਤਾਂ ਹਾਲਾਤ ਮਾੜੇ ਸੀ ਹਨਾ, ਵੀ ਕਿਉਂਕਿ ਨਵੇਂ ਬੰਦੇ ਆਏ ਸੀ ਲੁੱਟਾਂ ਖਾਉਂਦੇ, ਤੁਸੀਂ ਫਿਰ ਦਾਦਿਆਂ ਤੋਂ ਗੱਲਾਂ ਸੁਣੀਆਂ ਹੋਣਗੀਆਂ, ਕਿਵੇਂ ਸੀ ਮਾਹੌਲ ਫਿਰ? ਦਾਦਾ ਜੀ ਹੁਣੇ ਦਾਦੇ ਹੁੰਦੇ ਆ, ਦਾਦਾ ਜੀ ਆਪਣੇ ਬਚਪਨ ਦੀ ਗੱਲ ਦੱਸਦੇ ਆ, ਨਾਲ ਹੀ ਆਪਣੇ ਘਰ ਤੋਂ 2 ਬੈਲੀਆਂ ਹਟਵੀਆਂ। ਆਂਦੇ ਮੈਂ ਛੋਟਾ ਜਿਹਾ ਹੁੰਦਾ ਸੀ ਤੇ ਡੰਗਰ ਚਾਰਦੇ, ਕਿਉਂਕਿ ਸਾਡੇ ਦਾਦੇ ਹੁਣੀ 4 ਭਰਾ ਆ, ਇਹ 4 ਸਭ ਤੋਂ ਛੋਟੇ ਸੀ। ਤੇ ਆਂਦੇ ਡੰਗਰ ਚਾਰਦੇ ਮੇਰੇ ਉਹ ਝਾੜੀਆਂ ਚੱਲ ਗਏ ਤੇ ਸਾਰਾ ਦਿਨ ਡੰਗਰ ਬਾਹਰ ਹੀ ਨਿਕਲੇ, ਇੰਨੀਆਂ ਝਾੜੀਆਂ ਹੁੰਦੀਆਂ, ਝਾੜੀਆਂ ਜ਼ਿਆਦਾ ਸੀ ਤੇ ਖੇਤ ਘੱਟ ਸੀ, ਤੇ ਮੇਰੇ ਬਜ਼ੁਰਗਾਂ ਨੇ ਮਿਹਨਤਾਂ ਕਰਕੇ ਫਿਰ ਖੇਤ ਆਬਾਦ ਕੀਤੇ ਆ।
ਤੇ ਜਿਵੇਂ ਫਿਰ ਮੰਨ ਕੇ ਚਲੋ ਕੋਈ ਟਰੈਕਟਰ ਨੂੰ ਨੁਕਸ ਪਿਆ, ਉਦੋਂ ਟਰੈਕਟਰ ਫਿਰ ਕਿਹੋ ਜਿਹੇ ਹੁੰਦੇ ਸੀ, ਕਿਹੜੇ ਸੀਗੇ ਟਰੈਕਟਰ? ਆਪਣੇ ਪਹਿਲਾਂ ਤਾਂ ਬਲਦਾਂ ਤੇ ਸੀ ਆਸਰੇ, ਪਹਿਲਾਂ ਬਲਦਾਂ ਤੇ, ਜੇਕਰ ਬਲਦਾਂ ਦਾ ਕੁਛ ਜਿਸ ਤਰ੍ਹਾਂ ਬੈਲ ਗੱਡੀ ਜਾਂ ਹਾਲਾਂ ਦੇ ਵਿੱਚ ਕੋਈ ਖਰਾਬੀ ਪੈ ਜਾਂਦੀ ਤੇ ਗਵਾਲੀਅਰ ਜਾਂਦੇ ਹੁੰਦੇ ਬਜ਼ੁਰਗ ਲੈ ਕੇ ਗਵਾਲੀਅਰ ਇੱਥੋਂ ਪੈਦਲ ਹੀ ਜਾਂਦੇ ਸੀ, ਪੈਦਲ ਹੀ ਆਉਂਦੇ ਸੀ 30 ਕਿਲੋਮੀਟਰ, 30 ਕਿਲੋਮੀਟਰ ਦੇਖੋ 30 ਕਿਲੋਮੀਟਰ ਚੱਲ ਕੇ ਜਾਣਾ ਪੈਂਦਾ। ਮੇਰਾ ਡੈਡੀ ਦੱਸਦੇ ਸੀ, ਕਿਉਂਕਿ ਸਾਡੀ ਜ਼ਮੀਨ ਵੀ ਗੁਨੇ ਜ਼ਿਲ੍ਹੇ 'ਚ ਸੀ, ਵੀ ਟਾਇਰ ਖੋਲ ਲੈਣਾ ਪਹਿਲਾਂ 7-8 ਕਿਲੋਮੀਟਰ ਤੁਰ ਕੇ ਸੜਕ ਤੇ ਆਉਣਾ, ਸੜਕ ਤੋਂ ਫਿਰ ਉਵੇਂ ਬੱਸ ਤੇ ਤਾਂ ਚੜਾਉਣਾ, ਮਸਾਂ ਚੜਾਉਣਾ, ਉਹਨਾਂ ਨੇ ਕਿਰਾਇਆ ਉਹਦਾ ਐਕਸਟਰਾ ਵੱਧ ਲੈਣਾ ਹੈ, ਫਿਰ ਉੱਥੋਂ ਪੈਂਚਰ ਲਵਾ ਕੇ ਲੈ ਕੇ ਆਉਣਾ, ਫਿਰ ਪਤਾ ਲੱਗਣਾ ਨੁਕਸ ਤਾਂ ਕੋਈ ਹੋਰ ਸੀ ਜਾਂ ਕੋਈ ਨਹੀਂ ਫੈਟ ਬੈਠਾ, ਫਿਰ ਦੁਬਾਰੇ ਜਾਣਾ, ਮਤਲਬ ਕਈ ਕਈ ਦਿਨ ਆਈ ਲੰਘ ਜਾਂਦੇ ਸੀ। ਗਵਾਲੀਅਰ ਹੈ ਵੀ 30 ਕਿਲੋਮੀਟਰ ਆ, ਸਾਡੇ ਬਜ਼ੁਰਗਾਂ ਦੀ ਤਪੱਸਿਆ ਬਹੁਤ ਹੈ, ਸਾਡੇ ਜਿਹੜੇ ਸਭ ਤੋਂ ਵੱਡੇ ਦਾਦਾ ਜੀ ਕਸ਼ਮੀਰ ਸਿੰਘ ਕੰਗ ਜੀ, ਸਾਡੇ ਬਜ਼ੁਰਗ ਸੀ, ਉਹਨਾਂ ਦੀ ਤਪੱਸਿਆ ਦੱਸਦੇ ਬਹੁਤ ਜ਼ਿਆਦਾ। ਜਿਵੇਂ ਤੁਸੀਂ ਕੰਗ ਆ ਗਏ ਇੱਧਰੋਂ ਮਾਝੇ ਚੋਂ, ਮਾਝਾ ਏਰੀਆ, ਮਾਝਾ ਏਰੀਆ ਜ਼ਿਆਦਾ, ਕਿਹੜੇ ਕਿਹੜੇ ਗੋਤ ਆ ਇੱਥੇ ਫਿਰ? ਇੱਥੇ ਆਪਣੇ ਪਿੰਡ 'ਚ ਔਲਖ ਆ, ਪੰਨੂ ਆ, ਕੰਗ ਚਲੋ ਆਪਣਾ ਹੋ ਗਿਆ, ਸਿੱਧੂ ਆ, ਸੰਧੂ, ਸੰਘੇੜੀਏ, ਤੇ ਸਰਾਂ ਵੀ ਹੈਗੇ ਕੁਛ ਘਰ ਆਪਣੇ ਜੀ, ਤੇ ਬਾਠ ਵੀ ਹੈਗੇ 2-3 ਘਰ, ਤੇ ਇਹ ਗੋਤਾਂ ਜ਼ਿਆਦਾ ਇੱਧਰ ਕੋਈ। ਪਰ ਗੱਲ ਹੈਗੀ ਹੈ ਵੀ ਉਦੋਂ ਤਪੱਸਿਆ ਕੀਤੀ ਸੀ, ਹਾਂਜੀ, ਹੁਣ ਉੱਥੇ ਕਈ ਬੰਦੇ ਦੱਸਦੇ ਆ ਵੀ ਜ਼ਮੀਨਾਂ ਪਤਾ ਨਹੀਂ ਕਿਵੇਂ ਹੋਣਗੀਆਂ, ਜ਼ਮੀਨਾਂ ਬਹੁਤ ਚੰਗੀਆਂ ਇਹਨਾਂ ਕੋਲੇ, ਜਿਹੜੇ ਮਰਜ਼ੀ ਘਰ ਦਾ ਮਾੜਾ ਜਿਹਾ ਪੁੱਛ ਕੇ ਦੇਖ ਲਓ, ਇਹਦੇ ਕੋਲ ਕਿੰਨੀ ਆ, ਇਹਦੇ ਕੋਲ 100 ਕਿੱਲਾ, ਇਹਦੇ ਕੋਲ ਕਿੰਨੀ ਆ, ਇਹਦੇ ਕੋਲ 150 ਕਿੱਲਾ, ਹੈ ਨਾ, ਏਦਾਂ ਗੱਲ। ਤੇ ਹੁਣ ਇਹ ਕਹਿ ਲਓ ਕਿ ਰੋਡਾਂ ਦੇ ਹਿਸਾਬ ਨਾਲ ਰੇਟ ਤਾਂ ਹੁਣ ਰੋਡਿਆਂ ਦਾ, ਹਾਂਜੀ, ਬਹੁਤ ਕਿਰਪਾ ਮਾਲਕ ਦੀ ਇੱਥੇ ਭਾਈ, ਜ਼ਮੀਨਾਂ, ਪਾਣੀ, ਹਰ ਸੁਵਿਧਾ ਬਹੁਤ ਚੰਗੀ ਹੈ। ਜਿਸ ਤਰ੍ਹਾਂ ਕਈ ਲੱਗਦਾ ਕਿ MP 'ਚ ਬੈਠੇ ਆ, ਪਤਾ ਕਿਤਰਾਂ ਦੀ ਹਾਲਤ ਆ, ਪਰ ਬੜੀ ਕਿਰਪਾ ਮਹਾਰਾਜ ਦੀ ਇੱਥੇ ਭਾਈ। ਜਦੋਂ ਪਹਿਲੀਆਂ 'ਚ ਆਏ ਹੋਣਗੇ ਉਦੋਂ ਤਾਂ ਉੱਥੋਂ ਪੰਜਾਬ ਵਾਲੇ ਕਹਿੰਦੇ ਹੋਣਗੇ ਇਹ ਕਿੱਧਰ ਨੂੰ ਉੱਠ ਜੇ, ਆਹ ਉਦੋਂ ਲੱਗਦਾ ਕਿਤੇ ਜੰਗਲਾਂ 'ਚ ਬੈਠੇ ਕਿਤੇ ਜਾਂਦਾ, ਇਸ ਤਰ੍ਹਾਂ ਲੱਗਦਾ ਸੀ ਉਹਨਾਂ ਨੂੰ। ਹਾਂਜੀ, ਤੇ ਬਹੁਤ। ਤੇ ਫਿਰ ਤੁਸੀਂ ਹੁਣ ਸਰਪੰਚੀ ਜਿੱਤੀ, ਹਾਂਜੀ, ਹੋਰ ਕਮਿਊਨਿਟੀਜ਼ ਵੀ ਹੋਣਗੀਆਂ, ਹੈ ਨਾ, ਹਾਂਜੀ ਹਾਂਜੀ, ਸਮਾਜ ਹੋਰ ਵੀ ਹੈਗਾ ਇੱਥੇ, ਹਾਂਜੀ, ਤੇ ਉਹਨਾਂ ਨਾਲ ਫਿਰ ਕਿਵੇਂ ਏਕਤਾ ਸਥਾਪਿਤ ਕਰਕੇ ਤੇ ਕਿਵੇਂ ਮੋਰਚਾ ਜਿੱਤਿਆ? ਮੋਰਚਾ ਲੋਕਾਂ ਦਾ ਪਿਆਰ, ਵਿਸ਼ਵਾਸ, ਬਾਕੀ ਸਭ ਨੇ ਆਸ਼ੀਰਵਾਦ ਦਿੱਤਾ ਆਪਣਾ, ਤੇ ਬਾਕੀ ਆ ਸਾਰੇ ਹੈ ਇੱਥੇ ਆਪਣੇ ਹੀ ਆ, ਉੱਥੇ ਪੰਜਾਬੀ ਹੈਗੇ ਆ, ਉਹ ਮਾਹੌਲ ਇਸ ਤਰ੍ਹਾਂ ਦਾ ਬਣ ਜਾਂਦਾ, ਕਈ ਇਲੈਕਸ਼ਨ ਹੋ ਜਾਂਦਾ, ਬਾਕੀ ਜਿਹਨਾਂ ਨਾਲ ਆਪਣਾ ਇਲੈਕਸ਼ਨ ਹੋਇਆ ਉਹ ਵੀ ਆਪਣੇ ਆ ਬਾਈ, ਹੈ ਸਾਰੇ ਇੱਥੇ ਆਪਣੇ ਆ ਬਾਈ, ਸਮਾਂ ਇਸ ਤਰ੍ਹਾਂ ਦਾ ਆ ਜਾਂਦਾ ਕਿ ਹਾਂਜੀ। ਜਿਵੇਂ ਆਪਾਂ ਉੱਧਰ ਪਹਿਲਾਂ ਪਡਾਵਲੀ, ਮਹਿਤਾਵਲੀ ਘੁੰਮ ਕੇ ਆਏ ਆ, ਜਿਵੇਂ ਨਰੇਸ਼ਵਰ ਜਾ ਕੇ ਆਏ ਆ ਮੰਦਿਰ, ਹਾਂਜੀ ਹਾਂਜੀ, ਤਾਂ ਵੀਰੇ ਹੋਣਾ ਨੂੰ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ, ਮਤਲਬ ਜਿਹੜੇ ਪਾਸੇ 'ਚ ਵੀ ਗਏ ਆ, ਜਿੱਥੇ ਗੱਡੀ ਖੜਾਈ ਉੱਥੇ ਲੋਕ ਇਕੱਠੇ ਹੋ ਜਾਂਦੇ ਸੀ ਵੀਰੇ ਨੂੰ ਮਿਲਣ ਲਈ, ਤੇ ਨਾਲ ਚੱਲਦੇ ਸੀ, ਕਹਿੰਦੇ ਯਾਰ ਅਸੀਂ ਚੱਲਦੇ ਆ ਨਾਲ, ਤਾਂ ਆਉਣ ਵਾਲੇ ਸਮੇਂ 'ਚ ਵੀਡੀਓ ਵੀ ਆਪਾਂ ਉਹ ਪਾਵਾਂਗੇ। ਤਾਂ ਬਹੁਤ ਸ਼ਾਨਦਾਰ ਰੁਤਬਾ ਵੀਰੇ ਉਹਨਾਂ ਦਾ ਬਣਾ ਕੇ ਰੱਖਿਆ ਵਾ, ਤੇ ਮਾਲਵਿੰਦਰ ਕੰਗ ਵੀਰਾ ਵੀ ਇੱਥੇ ਆਪਣੇ ਤਾਇਆ ਜੀ ਦੇ ਬੇਟੇ ਹੀ ਉਹ, ਜਿਹੜੇ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਇਸ ਵਕਤ ਮੌਜੂਦਾ MP ਨੇ, ਉਹ ਵੀ ਇੱਥੋਂ ਹੀ ਰਹੇ, ਉਹਨਾਂ ਦੇ ਘਰਾਂ ਦੇ ਵਿੱਚ ਹੀ ਆਪਾਂ ਇਸ ਵਕਤ ਗੇੜਾ ਮਾਰ ਰਹੇ ਹਾਂ, ਤਾਂ ਬਹੁਤ ਚੰਗਾ। ਤੇ ਸਾਰੀਆਂ ਜ਼ਮੀਨਾਂ ਪੱਧਰ ਨੇ, ਜ਼ਮੀਨਾਂ ਬਹੁਤ ਵਧੀਆ, ਬਿਲਕੁਲ ਲੇਵਲ ਆ ਇੱਥੇ ਭਾਈ, ਤੇ ਨਹਿਰਾਂ ਤੇ ਪਾਣੀ ਲੱਗਦੇ ਭਾਈ, ਤੇ ਬੋਰ ਦਾ ਤੇ ਕੋਈ ਸਿਸਟਮ ਹੈ ਹੀ ਨਹੀਂ ਭਾਈ। ਠੀਕ ਹੈ, ਹੁਣ ਫਸਲਾਂ ਮੈਂ ਝੋਨਾ ਹੋ ਗਿਆ, ਹੋਰ ਝੋਨਾ ਕਣਕ ਜ਼ਿਆਦਾ ਭਾਈ ਇੱਥੇ, ਕਣਕ ਜ਼ਿਆਦਾ, ਹਾਂਜੀ ਹਾਂਜੀ, ਝੋਨੇ ਤੋਂ ਬਾਅਦ ਕਣਕ ਜਿਹੜੀ ਆਪਾਂ, ਮਤਲਬ ਸਰੋਂ ਦਾ ਏਰੀਆ ਨਹੀਂ ਹੈਗਾ ਇੱਥੇ ਭਾਈ ਆਪਣੀ ਜ਼ਮੀਨਾਂ ਲੇਵਲ ਬਹੁਤ ਆ, ਸਰੋਂ ਜੇ ਆਪਾਂ ਕਰੀਏ ਵੀ ਤੇ ਹੋਣੀ ਨੀ ਆ ਭਾਈ, ਹੋਣੀ ਨੀ, ਹਾਂਜੀ, ਆਪਣ ਇੱਥੇ ਚੰਗਾ ਵਾ ਮਤਲਬ, ਹੈ ਨਾ, ਹਾਂਜੀ ਜੀ, ਤੇ ਬਹੁਤ ਚੜ੍ਹਦੀ ਕਲਾ ਵਾਲਾ ਕੰਮ ਆ। ਤਾਂ ਪੰਜਾਬੀਆਂ ਨੇ ਮੱਲਾਂ ਬਹੁਤ ਦੂਰ ਦੂਰ ਤੱਕ ਮਾਰੀਆਂ, ਤਪੱਸਿਆ ਮੈਨੂੰ ਲੱਗਦਾ ਤੁਹਾਡੇ ਨਾਲੋਂ ਵੱਡੀ ਪਈ ਉਹਨਾਂ ਬਜ਼ੁਰਗਾਂ ਦੀ, ਬਜ਼ੁਰਗਾਂ ਦੀ ਬਹੁਤ ਤਪੱਸਿਆ ਸੀ, ਪਤਾ ਕਹਿ ਲਓ ਮੌਜ ਹੀ ਕਰ ਰਹੇ ਆ, ਉਹਨਾਂ ਦੀ ਬਣੀ ਬਣਾਈ ਖਾਣ ਰਹੇ ਆ, ਖਾਂਦੇ ਆ, ਸਹੀ, ਇਹ ਵੱਡੀ ਗੱਲ ਆ। ਹਾਂਜੀ, ਸਾਡੇ ਜਿਹੜੇ ਬਜ਼ੁਰਗ ਸੀ, ਚਾਰ ਭਰਾ ਸੀ ਸਾਡੇ ਦਾਦਾ ਜੀ ਹੋਣੀ ਜੀ, ਤੇ ਉਹਨਾਂ ਚਾਰਾਂ ਭਰਾਵਾਂ ਦੀ ਬਹੁਤ ਤਪੱਸਿਆ ਦੱਸਦੇ ਸਾਡੇ ਜਿਹੜੇ ਪਿੰਡ ਦੇ ਲੋਕ, ਉਹਨਾਂ ਚਾਰਾਂ ਭਰਾਵਾਂ ਨੇ ਬਹੁਤ ਤਪੱਸਿਆ ਕੀਤੀ, ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਜੀ। ਹਾਂਜੀ ਹਾਂਜੀ, ਤੇ ਬਿਲਕੁਲ ਗਵਾਲੀਅਰ ਰਿਆਸਤ ਮੱਧ ਪ੍ਰਦੇਸ਼ ਰਹੀ ਆ, ਤਾਂ ਇਹ ਸੱਚ। ਦੂਜੀ ਗੱਲ ਦੱਸੋ,
ਜਿਵੇਂ ਡਾਕੂ ਤਾਂ ਸੁਣਦੇ ਸੀ ਚੰਬਲ ਵਾਲਿਆਂ ਦਾ, ਤੇ ਉਹਨਾਂ ਨਾਲ ਕਿਵੇਂ ਰਿਹਾ? ਉਹਨਾਂ ਦਾ ਦਾਦਾ ਜੀ ਦੱਸਦੇ ਕਿ ਆਪਣੇ ਸਿੱਖ ਸਮਾਜ ਨੂੰ ਕਦੀ ਉਹਨਾਂ ਨੇ ਨੁਕਸਾਨ ਨਹੀਂ ਪਹੁੰਚਾਇਆ। ਇੱਕ ਮੋਹਰ ਸਿੰਘ ਦਾ ਜ਼ਿਕਰ ਕਰਦੇ ਸੀ ਤੁਸੀਂ। ਹਾਂਜੀ ਮੋਹਰ ਸਿੰਘ ਦਾ ਪਿੱਛੇ 2017 ਚ ਆਪਣੇ ਇੱਥੇ ਘਰੇ ਵੀ ਆਇਆ ਸੀ। ਅੱਛਾ, ਬਹੁਤ ਨਾਮੀ ਵੀ ਸੀਗਾ ਬੰਦਾ, ਉਹ ਕਹਿੰਦੇ ਮਹਿੰਗਾ ਨਾਮ ਸੀ, ਸਭ ਤੋਂ ਮਹਿੰਗਾ ਪਿੰਡ ਤੋਂ ਪਹਿਲਾਂ ਮਹਿੰਗਾ ਪੈਂਦਾ ਉੱਥੋਂ ਦੇ ਸੀ। ਅੱਛਾ ਹਾਂਜੀ, ਹੁਣ ਤੇ ਉਹਨਾਂ ਨੇ ਜਦੋਂ ਸਭ ਛੱਡਤਾ ਸੀ, ਜਦੋਂ ਆਪਣਾ ਸਰਕਾਰਾਂ ਚ ਸਮਰਪਣ ਕਰਤਾ ਸੀ, ਸਰੈਂਡਰ ਕਰਤਾ ਸੀ, ਉਸ ਤੋਂ ਬਾਅਦ ਫਿਰ ਆਪਣੇ ਇੱਥੇ ਘਰੇ ਮਹਿੰਗਾ ਵੀ ਰਹਿੰਦੇ ਸੀ ਉਹ, ਤੇ 2016-17 ਚ ਆਪਣੇ ਇੱਥੇ ਘਰੇ ਵੀ ਆਏ ਸੀ ਜੀ। ਹੁਣ ਤੇ ਖੈਰ ਉਹ ਪੂਰੇ ਹੋ ਗਏ ਆ। ਬਿਲਕੁਲ, ਮਤਲਬ ਉਹ ਪੰਜਾਬੀਆਂ ਨਾਲ ਠੀਕ ਰਿਹਾ ਹਨਾ? ਹਾਂਜੀ ਹਾਂਜੀ, ਪੰਜਾਬੀਆਂ ਨਾਲ ਉਹਨਾਂ ਦਾ ਠੀਕ ਰਿਹਾ ਕੁੱਲ ਮਿਲਾ ਕੇ। ਬਾਕੀ ਉਸ ਤਰ੍ਹਾਂ ਵੀ ਇੱਥੇ ਜਿਹੜੇ ਆਮ ਲੋਕ ਆ, ਜਿਸ ਤਰ੍ਹਾਂ ਇਹ ਏਰੀਆ ਵੈਸੇ ਮੇਨ ਤੋਮਰਾਂ ਦਾ ਏਰੀਆ ਆ, ਤੋਮਰ ਜਿਹੜੇ ਠਾਕੁਰ ਲੋਕ ਇੱਥੇ ਉਹ ਵੀ ਬਹੁਤ ਚੰਗੇ ਨੇ, ਮਤਲਬ ਹਮੇਸ਼ਾ ਆਪਣਾ ਸਪੋਰਟ ਹੀ ਕੀਤਾ, ਕਦੀ ਉਸ ਤਰ੍ਹਾਂ ਦਾ ਨਹੀਂ ਫੀਲ ਹੋਣ ਦਿੱਤਾ ਆਪਾਂ ਨੂੰ ਜੀ। ਜਿਹੜੇ ਇੱਥੇ ਲੋਕਲ ਲੋਕ ਉਹ ਵੀ ਬਹੁਤ ਚੰਗੇ ਨੇ ਇੱਥੇ ਬਾਈ। ਦੇਖੋ ਬਣੀ ਆਈ ਹੈ ਹਨਾ, ਹਾਂਜੀ, ਤਾਂ ਇੱਕ ਆਪਾਂ ਨਵੇਂ ਸੀ ਉਹ, ਫਿਰ ਉਸ ਹਿਸਾਬ ਤੇ ਆਪਾਂ ਨੂੰ ਜੀਵਨ ਜਾਂਚ ਇਹਨਾਂ ਦੀ ਸਮਝ ਲੱਗ ਗਈ, ਇਹ ਜੇ ਆਪਾਂ ਇਹ ਜੇ ਆ, ਪਿਛਲਾ ਤਾਲਮੇਲ ਜਿਹਾ ਬਣ ਗਿਆ। ਬਿਲਕੁਲ ਬਿਲਕੁਲ ਜੀ, ਤੇ ਦਰਸ਼ਕੋ ਇਦਾਂ ਦਾ ਜੀਵਨ ਸੀ, ਆਪਾਂ ਗੱਲਬਾਤ ਕੀਤੀ, ਤਾਂ ਸਮੇਂ ਸਮੇਂ ਤੇ ਕਿਸਾਨਾਂ ਨੂੰ ਮਿਲਾਉਂਦੇ ਰਿਹਾ ਕਰਾਂਗੇ, ਕਿਉਂਕਿ ਮੈਨੂੰ ਨਿੱਜੀ ਤੌਰ ਤੇ ਮੱਧ ਪ੍ਰਦੇਸ਼ ਬਹੁਤ ਚੰਗਾ ਲੱਗਦਾ, ਕਿਉਂਕਿ ਮੇਰਾ ਬਰਥ ਮੱਧ ਪ੍ਰਦੇਸ਼ ਦਾ ਵਾ, ਤਾਂ ਮੇਰਾ ਅਕਸਰ ਸਾਲ ਦੇ ਵਿੱਚ 2-3 ਗੇੜੇ ਮੇਰੇ ਮੱਧ ਪ੍ਰਦੇਸ਼ 'ਚ ਹੁੰਦੇ ਆ। ਇਸ ਵਕਤ ਅਸੀਂ ਧੌਲਪੁਰੋਂ ਹੁੰਦੇ ਹੋਏ, ਮੁਰੈਨਾ ਹੁੰਦੇ ਹੋਏ, ਇਸ ਏਰੀਏ 'ਚ ਗਵਾਲੀਅਰ ਥਾਣੀ ਐਂਟਰੀ ਮਾਰਾਂਗੇ ਗੁਨੇ ਵਾਲੇ ਪਾਸੇ ਨੂੰ, ਤਾਂ ਅਕਸਰ ਅੱਗੇ ਅਸੀਂ ਕੋਟੇ ਵਾਲੇ ਪਾਸੇ ਤੋਂ ਆਉਂਦੇ ਹੁੰਦੇ ਹਾਂ। ਇਸ ਤਰੀਕੇ ਨਾਲ ਸਾਰਾ ਆਪਾਂ ਮੱਧ ਪ੍ਰਦੇਸ਼ ਰਾਜਸਥਾਨ ਘੁੰਮਾਂਗੇ, ਤਾਂ ਵੀਰੇ ਹੋਣਾ ਨੇ ਆਪਾਂ ਨੂੰ ਨੇੜੇ ਤੇੜੇ ਦੇ ਏਰੀਏ ਦੀ ਬਹੁਤ ਕਵਰੇਜ ਕਰਾਈ, ਤੇ ਪਹਿਲਾਂ ਵੀਰੇ ਉਹਦਾ ਵੀ ਧੰਨਵਾਦ, ਤੁਹਾਡਾ ਵੀ ਬਹੁਤ ਬਹੁਤ, ਤੇ ਬਹੁਤ ਚੰਗਾ ਲੱਗਿਆ। ਤਾਂ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਦੇ ਬਾਬਾ ਜੀ, ਧੰਨਵਾਦ ਜੀ, ਸ਼ੁਕਰੀਆ ਵੀਰੇ ਹਨੀ, ਤਾਂ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ, ਮਿਹਰਬਾਨੀ, ਧੰਨਵਾਦ।